ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਜ਼ਰੂਰੀ ਬੇਨਤੀ ਤੁਹਾਡੇ ਸਾਹਮਣੇ ਲੈ ਕੇ ਆਇਆ, ਔਰ ਉਸ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਚੈਨਲ ਆ ਗਿੱਲ ਰਾਊਕ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਪਿੰਡ ਨਾਲ ਜੁੜੀ ਹਰ ਖਬਰ ਤੁਹਾਡੇ ਸਾਹਮਣੇ ਜਿਹੜੀ ਆਉਂਦੀ ਰਹੇ। ਸੋ ਆਪਾਂ ਯੂਟਿਊਬ 'ਤੇ ਗਿੱਲ ਰਾਊਕ ਯੂਟਿਊਬ ਚੈਨਲ ਚੱਲ ਰਿਹਾ ਆਪਣਾ। ਸੋ ਪਹਿਲਾਂ ਤਾਂ ਥੱਲੇ ਜਿਹੜਾ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਸੋ ਆਓ ਹੁਣ ਆਪਾਂ ਜਿਹੜੀ ਗੱਲਬਾਤ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਇੱਕ ਬਹੁਤ ਅਹਿਮ ਜ਼ਰੂਰੀ ਸੂਚਨਾ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ। ਸੋ ਮੈਂ ਤੁਹਾਡਾ ਆਪਣਾ ਜਗਸੀਰ ਰਾਊਕੇ, ਸੋ ਡੇਲੀ ਰਾਊਕੇ ਨਿਊਜ਼ ਵੱਲੋਂ ਹਰ ਸਾਲ ਪਿੰਡ ਦੇ ਵਿਕਾਸ ਦੇ ਲਈ ਅਸੀਂ ਕੁਛ ਨਾ ਕੁਛ ਉਪਰਾਲੇ ਕਰਦੇ ਰਹਿੰਦੇ ਹਾਂ। ਸੋ ਜਿੱਥੇ ਪਰਿਵਾਰਾਂ ਨੂੰ ਰਾਸ਼ਨ ਚੱਲ ਰਿਹਾ, ਜਿੱਥੇ ਲੋੜਵੰਦ ਪਰਿਵਾਰਾਂ ਦੇ ਘਰ ਪੈ ਰਹੇ ਆ, ਜਿੱਥੇ ਲੋੜਵੰਦ ਬੱਚਿਆਂ ਦੀਆਂ ਫੀਸਾਂ ਭਰੀਆਂ ਜਾ ਰਹੀਆਂ, ਉੱਥੇ ਹੀ ਹੋਰ ਵੀ ਬਹੁਤ ਜ਼ਿਆਦਾ ਜਿਹੜੇ ਕੰਮ ਡੇਲੀ ਰਾਊਕੀ ਨਿਊਜ਼ ਦੇ ਸਹਿਯੋਗ ਦੇ ਨਾਲ NRI ਪਰਿਵਾਰਾਂ ਦੇ ਔਰ ਨਗਰ ਨਿਵਾਸੀਆਂ ਸਹਿਯੋਗ ਨਾਲ ਜਿਹੜੇ ਉਹ ਕੰਮ ਚੱਲ ਰਹੇ ਆ। ਸੋ ਹਰ ਸਾਲ ਦੀ ਤਰ੍ਹਾਂ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੀ ਆ ਕਿ ਹਰ ਸਾਲ ਆਪਾਂ ਜਿਹੜਾ ਰਿਫਲੈਕਟਰ ਕੈਂਪ ਲਾਉਂਦੇ ਹਾਂ, ਰਿਫਲੈਕਟਰ ਕੈਂਪ ਤੁਹਾਨੂੰ ਪਤਾ ਹੀ ਆ ਹਰ ਸਾਲ ਜਿਹੜਾ ਆਪਾਂ ਗੱਡੀਆਂ ਮੋਟਰਸਾਈਕਲ ਟਰੈਕਟਰਾਂ ਦੇ ਮਗਰ ਟਰਾਲੀਆਂ ਦੇ ਮਗਰ ਆਪਾਂ ਇੱਦਾਂ ਰਿਫਲੈਕਟਰ ਲਾਉਂਦੇ ਹਾਂ ਤਾਂ ਜੋ ਪਰਮਾਤਮਾ ਵੱਲੋਂ ਜਿਹੜੀ ਮਨੁੱਖੀ ਜੀਵਨ ਮਿਲਿਆ, ਜਿਹੜੀ ਜੀਵਨ ਮਿਲਿਆ ਇਹ ਅਜਾਈ ਨਾ ਜਾਵੇ। ਕਿਸੇ ਮਾਂ ਦਾ ਪੁੱਤ, ਕਿਸੇ ਦੇ ਸਿਰ ਦਾ ਸੁਹਾਗ, ਕਿਸੇ ਭੈਣਾਂ ਦਾ ਭਰਾ, ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਵਾਪਰਦਾ ਤਾਂ ਘਰ ਖਤਮ ਹੋ ਜਾਂਦੇ ਆ। ਸੋ ਇਸੇ ਚੀਜ਼ ਨੂੰ ਮਨੁੱਖੀ ਜੀਵਨ ਨੂੰ ਬਚਾਉਣ ਦੇ ਲਈ ਇੱਕ ਵੱਡਾ ਉਪਰਾਲਾ ਆਪਣੇ ਪਿਛਲੇ 5 ਸਾਲਾਂ ਤੋਂ ਚੱਲ ਰਿਹਾ। ਸੋ ਜਿਹੜਾ ਇਹ ਕੈਂਪ ਆ ਇਹ ਕੱਲ੍ਹ ਨੂੰ ਜਾਣੀ ਆਪਣੇ ਗੁਰਦੁਆਰਾ ਜੰਡ ਸਾਹਿਬ ਵਿਖੇ ਜੋ ਮੂਹਰੇ ਹਾਲ ਬਣਿਆ ਵਾ, ਆਪਾਂ ਹਰ ਸਾਲ ਉੱਥੇ ਹੀ ਉਪਰਾਲਾ ਕਰਦੇ ਹਾਂ ਅਤੇ ਉੱਥੇ ਹੀ ਕੱਲ੍ਹ ਨੂੰ ਤਕਰੀਬਨ 2 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਹ ਕੈਂਪ ਲਗਾਇਆ ਜਾਊਗਾ। 2 ਘੰਟੇ ਦਾ ਇਹ ਕੈਂਪ ਹੋਊਗਾ। ਸੋ ਆਪ ਸਭ ਨਗਰ ਨਿਵਾਸੀਆਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਦੇ ਘਰ ਵੀ ਮੋਟਰਸਾਈਕਲ ਆ, ਗੱਡੀਆਂ ਏ, ਟਰੈਕਟਰ ਟਰਾਲੀਆਂ ਏ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਹਿਰ ਨੂੰ ਕੋਈ ਸਾਧਨ ਲੈ ਕੇ ਜਾਂਦੇ ਹਾਂ, ਅੱਜ ਕੱਲ੍ਹ ਮੋਟਰਸਾਈਕਲ ਜਿਹੜੀਆਂ ਆਪਾਂ ਗੱਡੀਆਂ ਬਣਾਈਆਂ ਹੋਈਆਂ ਉਹ ਵੀ ਆਪਣੇ ਭਰਾ ਜੀ ਰੋਜ਼ੀ ਰੋਟੀ ਲਈ ਜਾਂਦੇ ਆ, ਸ਼ਹਿਰਾਂ 'ਚੋਂ ਸਮਾਨ ਲੈਣ ਕੋਈ ਨਾ ਕੋਈ, ਕਿਸੇ ਵੀ ਤਰ੍ਹਾਂ ਦਾ ਵਾਹਨ ਆ, ਚਾਹੇ ਉਹ ਪੱਠਿਆਂ ਨੂੰ ਜਾਣ ਵਾਲੀਆਂ ਗੱਡੀਆਂ ਹੀ ਆ, ਕਿਉਂਕਿ ਆਪਾਂ ਨੂੰ ਪਤਾ ਕਿ ਪੱਠਿਆਂ ਦਾ ਕੰਮ ਵੀ ਸਵੇਰੇ ਸਾਜਰੇ ਹੁੰਦਾ ਏ, ਆਪਣੇ ਕਿਸਾਨ ਭਰਾ ਪਸ਼ੂਆਂ ਦੇ ਲਈ ਚਾਰਾ ਲੈ ਕੇ ਆਉਂਦੇ ਆ, ਉਹ ਸੁਬਹਾ ਜਾਂਦੇ ਆ, ਉਦੋਂ ਵੀ ਜਿਹੜੀ ਕਾਫੀ ਧੁੰਦ ਪਈ ਹੁੰਦੀ ਆ, ਪਿਛਲੇ ਦਿਨ ਆਪਾਂ ਦੇਖਿਆ ਕਾਫੀ ਨੁਕਸਾਨ ਹੋਏ ਆ। ਸੋ ਮੂਹਰੇ ਆਪਣਾ ਜਿਹੜਾ ਸਮਾਂ ਆ ਰਿਹਾ ਧੁੰਦ ਦਾ, ਧੁੰਦਾਂ ਪੈ ਸਕਦੀਆਂ ਬਹੁਤ ਜ਼ਿਆਦਾ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਆਪਾਂ ਜਿਹੜਾ ਕੈਂਪ ਆ, ਪਹਿਲਾਂ ਤਾਂ ਆਪਾਂ ਦਸੰਬਰ 'ਚ ਲਾਉਂਦੇ ਹੁੰਦੇ ਸੀਗੇ, ਪਰ ਆਪਾਂ ਹੁਣ ਕੈਂਪ ਜਿਹੜਾ ਅਰਲੀ ਲਾ ਰਹੇ ਹਾਂ ਤਾਂ ਜੋ ਆਪਣੇ ਵੱਲੋਂ ਕੋਈ ਜਾਣੀ ਭੁੱਲ ਨਾ ਹੋਵੇ। ਸੋ ਆਪ ਸਭ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਤੁਸੀਂ ਸਾਰਿਆਂ ਨੇ ਕੱਲ੍ਹ ਨੂੰ ਜਾਣੀ, ਜੇ ਆਪਾਂ ਗੱਲ ਕਰੀਏ ਤਾਂ ਡੇਟ ਹੈਗੀ ਆ, ਡੇਟ ਆਪਣੀ ਹੈਗੀ ਆ 23 ਨਵੰਬਰ 2024। ਸੋ ਜਾਣੀ ਸ਼ਨੀਵਾਰ ਦਿਨ ਆਊ ਆਪਣਾ ਕੱਲ੍ਹ ਦਾ। ਸੋ ਗੁਰਦੁਆਰਾ ਜੰਡ ਸਾਹਿਬ ਦੇ ਬਾਹਰਲੇ ਹਾਲ ਵਿੱਚ ਜਿਹੜੇ ਆਪਾਂ ਇਹ ਕੈਂਪ ਲਾਵਾਂਗੇ। ਸੋ ਜਿਹੜੇ ਭਰਾਵਾਂ ਵੱਲੋਂ ਆਪਣਾ ਕੈਂਪ ਲਵਾਇਆ ਜਾਂਦਾ, ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਹਰਜੀਤ ਸਿੰਘ ਦੁਬਈ ਢਿੱਲਵਾਂ ਵਾਲੇ ਦੇ ਪਰਿਵਾਰ, ਸਪੁੱਤਰ ਸਰਦਾਰ ਹਰਚਰਨ ਸਿੰਘ, ਸੋ ਉਹਨਾਂ ਦੇ ਪਰਿਵਾਰ ਵੱਲੋਂ ਡੇਲੀ ਰਾਊਕ ਨਿਊਜ਼ ਨੂੰ ਸਪੌਂਸਰ ਕੀਤਾ ਜਾਂਦਾ ਹੁੰਦਾ। ਸੋ ਇਸ ਵਾਰ ਫਿਰ ਜਿਹੜਾ ਉਹ ਕੈਂਪ ਲੱਗਣਾ ਹੈ, ਔਰ ਕੱਲ੍ਹ ਨੂੰ ਤੁਹਾਡੇ ਰੂਬਰੂ ਹੋਵਾਂਗੇ 2 ਵਜੇ ਤੋਂ ਲੈ ਕੇ ਦੁਪਹਿਰ ਦੇ 4 ਵਜੇ ਦੇ ਵਿੱਚ 2 ਘੰਟੇ ਦਾ ਕੈਂਪ ਹੋਊਗਾ ਇਹ। ਸੋ ਭਰਾਵਾਂ ਨੂੰ ਬੇਨਤੀ ਕਰ ਇਸ ਕੈਂਪ ਦਾ ਜਿਹੜਾ ਲਾਹਾ ਜ਼ਰੂਰ ਉਠਾਈਏ, ਕਿਉਂਕਿ ਆਪਾਂ ਨੂੰ ਪਤਾ ਵੀ ਇੱਕ ਇਹਦੇ ਨਾਲ ਪਤਾ ਨਹੀਂ ਕਿੰਨੇ ਕੁ ਜੀਵਨ ਬਚ ਸਕਦੇ ਆ। ਸੋ ਆਪਣੀ ਇੱਕ ਕੋਸ਼ਿਸ਼ ਆ, ਬਾਕੀ ਤਾਂ ਸਾਵਧਾਨੀ ਆਪਣੀ ਆ ਵੀ ਆਪਾਂ ਕਿਸ ਤਰ੍ਹਾਂ ਚੀਜ਼ ਨੂੰ ਚਲਾਉਣਾ ਜਾਂ ਰਸਤਾ ਦੇਖ ਕੇ ਜਾਂ ਕਿਵੇਂ ਹੌਲੀ ਚੱਲਣਾ, ਉਹ ਤਾਂ ਸਾਰੀ ਆਪਣੀ ਜਿਹੜੀ ਸਾਵਧਾਨੀ ਆ ਵਾਹਿਗੁਰੂ ਦੇ ਹੱਥ ਆ। ਸੋ ਫਿਰ ਵੀ ਜੋ ਆਪਾਂ ਉਪਰਾਲੇ ਕਰ ਸਕਦੇ ਹਾਂ, ਆਪਣੇ ਵੱਲੋਂ ਮਨ 'ਚ ਨਾ ਜਾਵੇ ਕਿ ਯਾਰ ਆਪਾਂ ਆਹ ਕਰਨਾ ਸੀਗਾ। ਸੋ ਮਿਲਦੇ ਹਾਂ ਦੋਸਤੋ ਕੱਲ੍ਹ ਨੂੰ ਠੀਕ 2 ਵਜੇ, ਦੁਪਹਿਰ ਦਾ ਟਾਈਮ ਰੱਖਿਆ 2 ਵਜੇ ਤੋਂ 4 ਵਜੇ ਤੱਕ। ਸੋ ਆਪਾਂ ਸਾਰਿਆਂ ਨੇ ਗੁਰਦੁਆਰਾ ਜੰਡ ਸਾਹਿਬ ਪਿੰਡ ਰਾਊਕੇ ਕਲਾਂ ਦੇ ਹਾਲ ਦੇ ਵਿੱਚ ਸੋ ਪਹੁੰਚ ਕੇ ਆਪਾਂ ਰਿਫਲੈਕਟਰ ਕੈਂਪ ਦਾ ਲਾਹਾ ਲੈਣਾ ਹੈ। ਖਾਸ ਸਪੈਸ਼ਲੀ ਆਪਾਂ ਪਿੰਡ ਰਾਊਕੇ ਕਲਾਂ ਲਈ ਕੈਂਪ ਲਾਉਣੇ ਹੁੰਦੇ ਹਾਂ ਇਹ।
ਸੋ ਧੰਨਵਾਦ ਕਰਦੇ ਹਾਂ ਬਾਈ, ਜ਼ਰੂਰ ਪਹੁੰਚ ਕੇ ਜਿਹੜਾ ਇਹ ਕੈਂਪ ਨੂੰ ਜਿਹੜਾ ਫਾਇਦਾ ਉਠਾਈਏ ਆਪਾਂ ਕੈਂਪ ਦਾ। ਸੋ ਬਹੁਤ ਧੰਨਵਾਦ, ਤੁਸੀਂ ਜੁੜੇ ਰਹੋ ਡੇਲੀ ਰਾਉਕੀ ਨਿਊਜ਼ ਨਾਲ, ਮੈਂ ਤੁਹਾਡਾ ਆਪਣਾ ਜਗਸੀਰ ਰਾਉਕੇ, ਰੱਬ ਰਾਖਾ।